ਨਮਸਕਾਰ ਓਮ ਸ਼ਾਂਤੀ ਸਤਿਗੁਰੂ ਕਰਤਾ ਪ੍ਰਖਿ ਤੁਹਾਡਾ ਅੱਜ ਫੇਰ ਮੈਂ ਸਵਾਗਤ ਕਰਦੀ ਆਂ ਮਿੱਤਰੋ ਅਸੀਂ ਪਿਛਲੇ ਐਪੀਸੋਡ ਸੇ ਅਸੀਂ ਕੁਝ ਐਸੀ ਗੱਲਾਂ ਸੁਣੀਆ ਜੀ ਚ ਬੱਚੇ ਦੇ ਬਾਰੇ ਚ ਤੇ ਨਾਲੇ ਪਰਿਵਾਰ ਦੇ ਬਾਰੇ ਚ ਸਾਨੂੰ ਪਾਈ ਜੀ ਨੇ ਮੈਸੇਜ ਦਿੱਤਾ ਥਾ ਇਹ ਗੱਲ ਬਹੁਤ ਅੱਛੀ ਹੈ ਕਿ ਬੱਚਿਆਂ ਉੱਪਰ ਡਿਪਰੈਸ਼ਨ ਨਾ ਦਿਓ 66% ਵੀ ਆਂਦੇ ਤੇ ਉਹਨਾਂ ਨੂੰ ਪਾਈ ਸਾਹਿਬ ਇਹ ਬੋਲਿਆ ਕਰਦੇ ਕਿ ਉਹ ਫਸਟ ਡਿਵੀਜ਼ਨ ਚ ਹੈ ਕਿਉਂਕਿ ਉਹਨਾਂ ਉੱਪਰ ਡਿਪਰੈਸ਼ਨ ਦੇਣੇ ਵਾਸਤੇ ਉਹ ਬਹੁਤ ਆਪਣੇ ਜਿਹੜੀ ਜੀਵਨ ਸ਼ੈਲੀ ਹੈ ਉਹ ਪੁੰਨ ਪੁੰਨ ਪ੍ਰੈਸ਼ਰ ਦਿੰਦੇ ਆ ਤੁਸੀਂ ਪ੍ਰੈਸ਼ਰ ਨਾ ਦਿਓ ਆਏ ਸਵਾਗਤ ਕਰਦੇ ਆ ਕਰਤਾ ਪ੍ਰਕਿਰਚ ਸਾਡੇ ਨਿਰਵੇਰ ਭਾਈ ਸਾਹਿਬ ਦਾ ਭਾਈ ਸਾਹਿਬ ਤੁਹਾਡਾ ਇਸ ਕਾਰਜਕ੍ਰਮ ਤੋਂ ਬਹੁਤ ਬਹੁਤ ਸਵਾਗਤ ਆ థాంਕਿਊ ਬਹੁਤ ਬਹੁਤ ਸ਼ੁਕਰੀਆ ਮੈਂ ਸਮਝਦਾ ਹਾਂ ਕਿ ਇਸ ਪ੍ਰੋਗਰਾਮ ਤੋਂ ਪਰਿਵਾਰਾਂ ਨੂੰ ਫਾਇਦਾ ਹੁੰਦਾ ਹੈ ਅਕਕੀ ਉਸੇ ਪਰਿਵਾਰ ਦੀ ਗੱਲ ਕਰਦੇ ਆ ਤੇ ਹੁਣ ਤੁਸੀਂ ਅੱਜ ਜੋ ਪੁੱਛਣਾ ਹੀ ਪੁੱਛੋ ਜੀ ਪਾਜੀ ਤੁਸੀਂ ਪਿਛਲੇ ਐਪੀਸੋਡ ਚ ਬੱਚਿਆਂ ਦੇ ਬਾਰੇ ਚ ਗੱਲ ਕੀਤੀ ਸੀ ਇਹ ਚ ਇੱਕ ਪ੍ਰਸ਼ਨ ਇਹ ਵੀ ਆਂਦਾ ਕਿ ਜਦ ਬੱਚਾ ਘਰ ਚ ਹੈ ਮੰਨੋ ਘਰ ਪਰਿਵਾਰ ਚ ਚਾਰ ਸਦਸੇ ਹੈ ਮਾਤਾ ਵੀ ਜਿਹੜੀ ਹੈ ਉਹ ਨੌਕਰੀ ਕਰਦੀ ਪਿਤਾ ਵੀ ਨੌਕਰੀ ਕਰਦੇ ਬੱਚਾ ਸਕੂਲ ਜਾਂਦਾ ਸਕੂਲ ਤੇ ਘਰ ਆਂਦਾ ਉਹ ਸੋਚਦਾ ਕਿ ਮੈਂ ਆਪਣੇ ਮਾਤ ਪਿਤਾ ਨਾਲ ਥੋੜੀ ਗੱਲ ਕਰਾਂ ਉਹ ਨਹੀਂ ਕਰ ਪਾਂਦਾ ਲੇਕਿਨ ਤਣਾਵ ਚੋਂਦਾ ਤੇ ਉਹ ਉਸ ਬੱਚੇ ਨੂੰ ਕਿੱਦਾਂ ਸੀ ਪਿਆਰ ਦੇਈਏ ਇੱਥੇ ਮਾਤਾ ਪਿਤਾ ਨੂੰ ਥੋੜਾ ਸੋਚਣਾ ਚਾਹੀਦਾ ਏ ਕਿ ਬੱਚੇ ਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੁੰਦਾ ਹੈ ਜਿੰਨਾ ਤੁਸੀਂ ਸਮੇਂ ਉਹਨਾਂ ਨੂੰ ਬੱਚਿਆਂ ਨੂੰ ਦੇਣਗੇ ਉਹ ਉਹਨਾਂ ਨੂੰ ਲਾਡ ਪਿਆਰ ਚ ਥੋੜੀ ਗੱਲਾਂ ਕਰਨਗੇ ਉਹ ਔਰ ਉਹਨੂੰ ਉਹਨਾਂ ਨੂੰ ਥੋੜਾ ਜਿਆ ਖੁਸ਼ੀ ਚ ਰੱਖਣਗੇ ਉਹ ਕਿ ਵਾਹ ਅੱਜ ਬੜੇ ਸੋਹਣੇ ਲੱਗ ਰਹੇ ਹੋ ਅੱਜ ਬੜਾ ਅੱਛਾ ਲੱਗ ਰਹੇ ਹੋ ਕੋਈ ਡਰੈਸ ਵਗੈਰਾ ਉਹਨਾਂ ਵਾਸਤੇ ਅੱਛੀ ਨਈ ਨਈ ਦਿੰਦੇ ਹੋ ਤੇ ਉਹ ਉਹਨੂੰ ਪਹਿਨਾ ਕਰਕੇ ਵਾ ਤੁਸੀਂ ਤੇ ਸ੍ਰੀ ਕ੍ਰਿਸ਼ਨ ਲੱਗ ਰਹੇ ਹੋ ਤੁਸੀਂ ਤੇ ਰਾਧੇ ਤੇ ਸ੍ਰੀ ਰਾਧੇ ਲੱਗ ਰਹੇ ਹੋ ਇਸ ਤਰ੍ਹਾਂ ਬੱਚਿਆਂ ਨੂੰ ਜਿਤਨਾ ਖੁਸ਼ੀ ਚ ਰੱਖਣਗੇ ਹੋ ਤੇ ਫਿਰ ਤੁਹਾਨੂੰ ਜ਼ਿਆਦਾ ਮਿਸ ਨਹੀਂ ਕਰਨਗੇ ਨਹੀਂ ਤੇ ਤੁਸੀਂ ਆਪਣੀ ਨੌਕਰੀ ਕਰਦੇ ਰਹੋ ਤੇ ਨੌਕਰੀ ਤੋਂ ਬਾਅਦ ਆ ਕਰਕੇ ਫਿਰ ਰੋਟੀ ਰਾਟੀ ਬਣਾ ਕਰਕੇ ਖਾ ਕੇ ਸੌਂਜੋ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦੇ ਤੁਸੀਂ ਤੇ ਇਸ ਕਰਕੇ ਮੈਂ ਤੇ ਇਹੀ ਕਾਂਗਾ ਥੋੜਾ ਥੋੜਾ ਆਪਣੇ ਟਾਈਮ ਟੇਬਲ ਨੂੰ ਇਸ ਤਰ੍ਹਾਂ ਬਣਾਓ ਕਿ ਜਿਸ ਤਰ੍ਹਾਂ ਤੁਸੀਂ ਨੌਕਰੀ ਵਾਸਤੇ 6 ਘੰਟੇ 8 ਘੰਟੇ ਦਿੰਦੇ ਹੋ ਇਸੇ ਤਰ੍ਹਾਂ ਹੀ ਬੱਚਾ ਨੂੰ ਵੀ ਘੱਟ ਤੋਂ ਘੱਟ ਮੈਂ ਜ਼ਿਆਦਾ ਨਹੀਂ ਕਹਿੰਦਾ ਘੱਟ ਤੋਂ ਘੱਟ 1 ਘੰਟਾ ਜ਼ਰੂਰ ਦੇਣਾ ਚਾਹੀਦਾ ਮਾਂ-ਬਾਪ ਬੱਚਿਆਂ ਦੇ ਨਾਲ ਥੋੜਾ 1 ਘੰਟਾ ਸਪੈਂਡ ਕਰਨ ਤੇ ਬੱਚੇ ਹੋਰ ਦੂਸਰੀ ਤਰਫ ਦੇਖਣਗੇ ਵੀ ਨਹੀਂ ਤੁਹਾਡੇ ਵਾਸਤੇ ਉਹਨਾਂ ਦੇ ਦਿਲ ਚ ਬੜਾ ਪਿਆਰ ਰਹੇਗਾ ਔਰ ਉਹ ਸਾਰਾ ਜੀਵਨ ਤੁਹਾਡੇ ਪਿਆਰ ਨੂੰ ਯਾਦ ਰੱਖਣਗੇ ਔਰ ਤੁਹਾਡੀ ਤਰਫ ਸਦਾ ਆਕਰਸ਼ਿਤ ਰਹਿਣਗੇ ਇਹ ਨਹੀਂ ਕਿ ਬਾਚ ਤੁਹਾਨੂੰ ਛੱਡ ਕੇ ਚੱਲ ਜਾਣਗੇ ਇਹ ਨਹੀਂ ਹੋਏਗਾ ਜੀ ਬਾਬ ਮੁਰਲੀ ਚਾਹੁੰਦਾ ਕਿ ਵਿਨਾਸ਼ ਜਿਹੜਾ ਅੰਤ ਚ ਵਿਨਾਸ਼ ਹੋਣਾ ਉਹ ਅੱਠ ਪ੍ਰਕਾਰ ਦੇ ਪੇਪਰ ਆਉਣਗੇ ਤੇ ਉਹ ਕੌਣ ਕੌਣ ਦੇ ਪੇਪਰ ਹੈ ਤੇ ਕੀ ਅਸੀਂ ਉਹਨ ਪੇਪਰਾਂ ਨੂੰ ਪਾਸ ਕਰ ਸਕਦੇ ਉਹ ਪਾਸ ਕਰਨੇ ਵਾਸਤੇ ਸਾਨੂੰ ਕਿਆ ਪ੍ਰਸ਼ਾਤ ਕਰਨਾ ਪਊਗਾ ਅੱਠ ਪ੍ਰਕਾਰ ਦੇ ਪੇਪਰ ਤੁਸੀਂ ਦੱਸੋ ਮੈਨੂੰ ਕਿਹੜੇ ਹੁੰਦੇ ਆ ਤੇ ਮੈਂ ਜਵਾਬ ਦਿਆਂ ਨਾ ਉਹੀ ਮੈਂ ਪੁੱਛਿਆ ਤੇ ਕੌਣ ਕੌਣ ਤੇ ਪੇਪਰ ਹੈ ਸਭ ਤੋਂ ਪਹਿਲਾ ਪੇਪਰ ਹੈ ਡਰ ਡਰ ਜਦੋਂ ਵੈਸੇ ਵਿਅਕਤੀ ਖੂਬ ਮੌਜ ਰਿੰਦਾਈ ਜੀਵਨ ਅੱਛਾ ਜੀਂਦਾਈ ਪਰ ਜਦੋਂ ਇਹ ਪਤਾ ਲੱਗਦਾ ਈ ਕਿ ਹੁਣ ਇਹ ਸਰੀਰ ਛੱਡਣਾ ਈ ਤਾਂ ਉਸ ਵੇਲੇ ਬੜਾ ਡਰ ਜਿਆ ਲੱਗਦਾ ਈ ਕਿਉਂ ਈਸ਼ਵਰੀ ਗਿਆਨ ਤੋਂ ਬਿਨਾ ਵਿਅਕਤੀ ਨੂੰ ਇਹ ਖਿਆਲ ਚ ਨਹੀਂ ਆਉਂਦਾ ਕਿ ਇਸ ਤੋਂ ਬਾਅਦ ਕੀ ਹੋਏਗਾ ਤੇ ਉਹ ਡਰ ਲੱਗਦਾ ਹੈ ਕਿ ਮੈਂ ਪਤਾ ਨਹੀਂ ਕਿੱਥੇ ਚਲਾ ਜਾਵਾਂਗਾ ਮੈਂ ਆਤਮਾ ਕਿੱਥੇ ਭਟਕਦੀ ਰਹਾਂਗੀ ਪਤਾ ਨਹੀਂ ਕਿਹੜੇ ਘਰ ਚ ਫਿਰ ਜਨਮ ਮਿਲੇਗਾ ਤੇ ਇਹ ਜਿਹੜੀਆਂ ਗੱਲਾਂ ਆਈ ਇਹ ਦੇ ਕਰਕੇ ਡਰ ਬਹੁਤ ਹੁੰਦਾ ਹੈ ਦੂਸਰਾ ਹੈ ਅਗਰ ਬਚਪਨ ਤੋਂ ਹੀ ਅੱਛੀਆਂ ਗੱਲਾਂ ਸਿੱਖਦੇ ਰਹਿੰਦੇ ਆ ਤੇ ਸਾਰਾ ਜੀਵਨ ਵੀ ਸੁਖੀ ਰਹਿਣਗੇ ਔਰ ਅੰਤ ਸਮੇਂ ਵੀ ਹੱਸਦੇ ਹੱਸਦੇ ਸ਼ਰੀਰ ਛੱਡਣਗੇ ਇਹ ਦੂਸਰੀ ਗੱਲ ਹੈ ਤੀਸਰੀ ਗੱਲ ਹੈ ਕਿ ਜਿੰਨਾ ਅਸੀਂ ਆਪਣੇ ਰੋਜ਼ਮਰਾ ਦੀ ਜੀਵਨ ਰਹਿਣ ਸਹਿਣ ਵਾਸਤੇ ਆਪਣੇ ਕਮਾਈ ਦੇ ਉੱਪਰ ਧਿਆਨ ਦਿੰਨੇ ਆ ਰੁਪਏ ਪੈਸੇ ਕਮਾਉਣ ਵਾਸਤੇ ਇਸੇ ਤਰ੍ਹਾਂ ਹੀ ਇਹ ਮੰਨ ਕੇ ਚਲੋ ਕਿ ਰੁਪਏ ਪੈਸੇ ਤੇ ਇੱਥੇ ਹੀ ਰਹਿ ਜਾਣੇ ਹਨ ਲੇਕਿਨ ਸਾਡੇ ਨਾਲ ਕੀ ਜਾਲੇ ਚਲੇਗਾ ਤੇ ਸਾਡੇ ਨਾਲ ਜਾਣੇ ਹਨ ਸਾਡੇ ਸ੍ਰੇਸ਼ਟ ਕਰਮਾਂ ਦਾ ਫਲ ਇਸ ਕਰਕੇ ਆਪਣੇ ਜੀਵਨ ਚ ਖਾਸ ਧਿਆਨ ਦੇਣਾ ਪੈਂਦਾ ਹੈ ਆਪਣੇ ਕਰਮਾਂ ਦੇ ਉੱਪਰ ਇਹੋ ਜੇ ਸ੍ਰਿਸ਼ਟ ਕਰਮ ਕਰੀਏ ਕਿ ਸਾਨੂੰ ਕਰਮ ਕਰਨ ਤੋਂ ਬਾਅਦ ਵੀ ਸੁੱਖ ਮਿਲੇ ਔਰ ਸਾਡਾ ਕਰਮਾਂ ਦਾ ਜਿਹੜਾ ਖਾਤਾ ਹੈ ਉਹ ਬੜਾ ਅੱਛਾ ਜਮਾ ਹੋ ਜਾਏ ਫਿਰ ਇਸ ਤੋਂ ਬਾਅਦ ਹੈ ਕਿ ਸਾਡਾ ਦੂਸਰਿਆਂ ਦੇ ਨਾਲ ਜਿਹੜਾ ਵਿਹਾਰ ਹੈ ਉਹ ਕਿ ਹੋ ਜਾਏ ਵਿਹਾਰ ਸ਼ੁੱਧੀ ਚਾਹੀਦੀ ਹੈ ਅਗਰ ਵਿਹਾਰ ਸ਼ੁੱਧੀ ਨਹੀਂ ਹੈ ਫਿਰ ਤੁਸੀਂ ਜਾਣ ਦਿਓ ਕਿ ਤੁਹਾਡੀ ਜੀਵਨ ਚ ਜੋ ਸੁੱਖ ਹੋਣਾ ਚਾਹੀਦਾ ਉਹ ਨਹੀਂ ਰਹੇਗਾ ਕਿਉਂਕਿ ਤੁਸੀਂ ਕੋਈ ਨਾ ਕੋਈ ਗੱਲ ਚ ਫਸੇ ਰਹਿਣਗੇ ਔਰ ਫਿਰ ਪੰਜਵੀਂ ਗੱਲ ਹੈ ਕਿ ਕੋਈ ਨਸ਼ੇ ਦੀ ਆਦਤ ਨਹੀਂ ਚਾਹੀਦੀ ਉਹ ਕਿਹਾ ਜਾਂਦਾ ਹੈ ਸਭ ਨਸ਼ਿਆਂ 'ਚ ਹੈ ਨੁਕਸਾਨ ਇੱਕ ਨਰਸੇ ਨਾਰਾਇਣ ਬੰਨ੍ਹੇ ਕੇ ਨਸ਼ੇ ਮੈਂ ਤੇ ਇਹ ਬੜਾ ਖਿਆਲ ਰੱਖੀਦਾ ਈ ਅੱਜ ਕੱਲ੍ਹ ਇਹ ਦੇਖਿਆ ਗਿਆ ਈ ਕੋਈ ਸ਼ਰਾਬ ਪੀ ਲੈਂਦੇ ਆ ਕੋਈ ਗੁਟਕਾ ਉਹ ਲੈ ਲੈਂਦੇ ਆ ਕੋਈ ਅ ਡਰੱਗਸ ਲੈ ਲੈਂਦੇ ਆ ਉਹਦੇ ਕਰਕੇ ਆਪਣੀ ਜੀਵਨ ਨੂੰ ਬਰਬਾਦ ਕਰ ਦਿੰਦੇ ਆ ਤੇ ਇਹ ਆਪਣੇ ਧਿਆਨ 'ਚ ਰੱਖਣਾ ਪੈਂਦਾ ਈ ਕਿ ਸਾਨੂੰ ਇਹੋ ਜਿਹਾ ਸੰਗ ਨਾ ਮਿਲੇ ਜਿਹੜਾ ਸਾਨੂੰ ਸ਼ਰਾਬ ਪਿਲਾਉਣ ਦੀ ਤਰਫ ਲੈ ਜਾਏ ਜਾਂ ਹੋਰ ਕੋਈ ਨਸ਼ਾ ਲੈਣ ਦੀ ਤਰਫ ਲੈ ਜਾਏ ਕਿਉਂਕਿ ਸੰਗ ਦਾ ਰੰਗ ਲਗਦਾ ਹੀ ਤੇ ਇਸ ਕਰਕੇ ਅੱਛਾ ਸੰਗ ਚਾਹੀਦਾ ਏ ਔਰ ਜੋ ਅੱਛੇ ਰਸਤੇ 'ਤੇ ਚੱਲ ਰਹੇ ਨੇ ਜਿਸ ਤਰ੍ਹਾਂ ਤੁਹਾਡੇ ਸ਼ਹਿਰ 'ਚ ਵੀ ਜਾਂ ਤੁਹਾਡੇ ਗਾਉਂ 'ਚ ਵੀ ਪ੍ਰਜਾਪਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲੇ ਦੇ ਕਈ ਸੈਂਟਰ ਹੈਗੇ ਆ ਜਿਹੜੇ ਲੋਕ ਉੱਥੇ ਜਾਂਦੇ ਨੇ ਉਹਨਾਂ ਦੀ ਜੀਵਨ ਚ ਦੇਖੋ ਕਿੰਨਾ ਸ਼ਾਂਤੀ ਹੁੰਦੀ ਹੈ ਤੇ ਉਹਨਾਂ ਦਾ ਸੰਗ ਕਰਨਗੇ ਉਹ ਤੇ ਤੁਹਾਨੂੰ ਫਾਇਦਾ ਰਹੇਗਾ ਇਸ ਕਰਕੇ ਸੰਗ ਦਾ ਵੀ ਬੜਾ ਧਿਆਨ ਰੱਖੀਦਾ ਹੀ ਔਰ ਫਿਰ ਇਸ ਤੋਂ ਬਾਅਦ ਹੈ ਸਾਤਵਿਕ ਭੋਜਨ ਕਿਉਂਕਿ ਜੈਸਾ ਅੰਨ ਵੈਸਾ ਮਨ ਅਗਰ ਤੁਸੀਂ ਮਾਸ ਮੱਛੀ ਅੰਡੇ ਇਹੋ ਜੀਆਂ ਚੀਜ਼ਾਂ ਸੇਵਨ ਕਰਨ ਗਿਓ ਤੇ ਉਹਦੀ ਰਿਜ਼ਲਟ ਕੀ ਹੁੰਦੀ ਹੈ ਮਨ ਨੂੰ ਸਦਾ ਵਿਚਲਿਤ ਰੱਖੇਗਾ ਸਵਾਮੀ ਵਿਵੇਕਾਨੰਦ ਨੇ ਖਾਸ ਅਮਰੀਕਾ 'ਚ ਇਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਸੀ ਉਹਨਾਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਵੈਜੀਟੇਰੀਅਨਿਜ਼ਮਸ ਇਤਨਾ ਕਿਉਂ ਵਿਸ਼ਵਾਸ ਕਰਦੇ ਹੋ ਤੇ ਉਹਨਾਂ ਨੇ ਦੱਸਿਆ ਸੀ ਕਿ ਦੇਖੋ ਤੁਸੀਂ ਕੋਈ ਵੀ ਜਾਨਵਰ ਨੂੰ ਦੇਖੋ ਚਾਹੇ ਬੱਕਰੀ ਹੈ ਚਾਹੇ ਹੋਰ ਕੋਈ ਜਾਨਵਰ ਹੈ ਬੱਕਰਾ ਹੈ ਉਹ ਕਦੀ ਵੀ ਸ਼ਾਂਤੀ ਚ ਨਹੀਂ ਖੜੇ ਹੋਣਗੇ ਹਿਲਦੇ ਜੁਲਦੇ ਹੀ ਰਹਿਣਗੇ ਤੇ ਅਗਰ ਤੁਸੀਂ ਮਾਸ ਮੱਛੀ ਸੇਵਨ ਕਰਨਗੇ ਉਹ ਉਤਮ ਗੁਣੀ ਭੋਜਨ ਹੋ ਜਾਂਦਈ ਤੇ ਤਮਗੁਣੀ ਭੋਜਨ ਕਰਨ ਗਿਓ ਤੁਹਾਡੇ ਮਨ ਤੇ ਉਹਦਾ ਅਸਰ ਹੋਏਗਾ ਤੇ ਉਹ ਨਾ ਚਾਹੁੰਦੇ ਵੀ ਤੁਹਾਡੇ ਖਿਆਲ ਜਿਹੜੇ ਆ ਉਤਮ ਗੁਣੀ ਹੋਣਗੇ ਇਸ ਕਰਕੇ ਜਿੰਨਾ ਹੋ ਸਕੇ ਸਾਨੂੰ ਤੇ ਇਥੋਂ ਤਾਈਂ ਕਿਹਾ ਜਾਂਦਾ ਈ ਕਿ ਲਸਣ ਪਿਆਜ਼ ਜਿਹੜਾ ਇਹ ਵੀ ਤਾਮਸਿਕ ਹੈਗਾ ਈ ਇਹ ਵੀ ਹਰ ਇੱਕ ਨੂੰ ਉਤੇਜਿਤ ਕਰਦਾ ਇਸ ਕਰਕੇ ਇਹਨਾਂ ਦਾ ਵੀ ਤਿਆਗ ਚਾਹੀਦਾ ਹੈ ਇਹਨਾਂ ਤੋਂ ਬਿਨਾ ਸ਼ੇ ਬਾਬਾ ਦੀ ਯਾਦ ਰਹਿ ਕਰਕੇ ਭੋਜਨ ਬਣਾ ਕਰਕੇ ਉਹ ਮਾਤਾ ਜੀ ਸਭ ਨੂੰ ਖਿਲਾਉਣਗੇ ਤੇ ਸਭ ਦਾ ਮਨ ਬੜਾ ਖੁਸ਼ ਰਹੇਗਾ ਇਸ ਤੋਂ ਬਾਅਦ ਹੈ ਕਿ ਜਿਸ ਨੇ ਭੋਜਨ ਬਣਾਇਆ ਔਰ ਜਿਹੜਾ ਨੇ ਭੋਜਨ ਕੀਤਾ ਉਹ ਆਪਸ ਵਿੱਚ ਮਿਲ ਕਰਕੇ ਵਾਹਿਗੁਰੂ ਨੂੰ ਯਾਦ ਕਰਨ ਵਾਹਿਗੁਰੂ ਨੂੰ ਧੰਨਵਾਦ ਦੇਣ ਕਿ ਸਾਨੂੰ ਇਹੋ ਜਿਹਾ ਸੁੰਦਰ ਇਹੋ ਜਿਹਾ ਸਾਨੂੰ ਖੁਸ਼ ਨੁਮਾ ਪਰਿਵਾਰ ਵੀ ਦਿੱਤਾ ਈ ਔਰ ਉਸਤੇ ਨਾਲ ਸਾਡਾ ਖਾਣ ਪੀਣ ਦਾ ਇਤਨਾ ਅੱਛਾ ਇੰਤਜ਼ਾਮ ਵੀ ਦਿੱਤਾ ਹੀ ਔਰ ਫਿਰ ਇਸਤੇ ਲਾਸਟ ਦੀ ਜਿਹੜੀ ਵਿਸ਼ੇਸ਼ ਗੱਲ ਹੈ ਕਿ ਤੁਹਾਡਾ ਸਵੇਰੇ ਉੱਠਣਾ ਔਰ ਰਾਤ ਨੂੰ ਸੌਣਾ ਇਹ ਦੋਨੋਂ ਦਾ ਖਿਆਲ ਚਾਹੀਦਾ ਹੈ ਕਿ ਸਵੇਰੇ ਉੱਠਦੇ ਸ਼ਬਾਬਾ ਦੇ ਨਾਲ ਮਨ ਲਗਾਉਣਾ ਗੁੱਡ ਮਾਰਨਿੰਗ ਬਾਬਾ ਕਹਿਣਾ ਔਰ થોੜਾ ਯਾਦ ਚ ਰਹਿ ਕਰਕੇ ਫਿਰ 바ਬਾ ਦੀ ਕੁਝ ਗੱਲਾਂ ਪੜ੍ਹਨੀਆਂ ਸੁਣਨੀਆਂ ਤੇ ਤੁਹਾਡੀ ਦਿਨ ਦੀ ਸ਼ੁਰੂਆਤ ਬੜੀ ਅੱਛੀ ਹੋਣੀ ਚਾਹੀਦੀ ਹੈ ਔਰ ਸਾਰਾ ਦਿਨ ਖੁਸ਼ ਰਹਿਣ ਗਿਓ ਬੜੇ ਅੱਛੇ ਆਪਣੇ ਮੂਡ ਚ ਸਭ ਦੇ ਨਾਲ ਵਹਵਾਰ ਕਰਨ ਗਿਓ ਤੇ ਤੁਹਾਨੂੰ ਸਾਰੇ ਦਿਨ ਦੀ ਸ੍ਰੇਸ਼ਟ ਕਰਮਾਂ ਦੀ ਖੇਤੀ ਜਿਹੜੀ ਹੈ ਬੜੀ ਅੱਛੀ ਬੋਣ ਗਿਓ ਪਰ ਸੌਣ ਤੋਂ ਪਹਿਲੇ ਆਪ ਆਪਣਾ ਸਾਰੇ ਦਿਨ ਦਾ ਚਾਰਟ ਚੈੱਕ ਕਰੋ ਕਿ ਅਸੀਂ ਸਾਰੇ ਦਿਨ ਚ ਸਭ ਠੀਕ ਰਿਹਾ ਬਾਬਾ ਦੀ ਸ਼੍ਰੀ ਮੱਧ ਦਾ ਧਿਆਨ ਰੱਖਿਆ ਔਰ ਆਪਣੇ ਆਪ ਨੂੰ ਸਦਾ ਖੁਸ਼ ਨੁਮਾ ਰੱਖਿਆ ਇਹ ਜਦੋਂ ਤੁਸੀਂ ਕਰਨਗੇ ਉਹ ਤੇ ਤੁਹਾਨੂੰ ਨੀਂਦ ਵੀ ਬੜੀ ਅੱਛੀ ਆਏਗੀ ਰਿਫਰੈਸ਼ ਹੋ ਜਾਣਗੇ ਉਹ ਤੇ ਇਹ ਗੱਲਾਂ ਜਿਹੜੀਆਂ ਤੁਹਾਡੇ ਜੀਵਨ ਚ ਚਾਹੀਦੀਆਂ ਮੈਂ ਸਮਝਦਾ ਕਿ ਕਾਫੀ ਡਿਟੇਲ ਚ ਗੱਲਾਂ ਦੱਸ ਦਿੱਤੀਆਂ ਜੀ ਬਿਲਕੁਲ ਬਹੁਤ 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 ਧੰਨਵਾਦ ਭਾਜੀ ਅਗਲਾ ਹੈ ਇੱਕ ਪਾਈ ਸਾਡੇ ਆਰਮੀ ਚ ਹੈ ਉਹ ਹੈ ਹਿਮਾਚਲ ਪ੍ਰਦੇਸ਼ ਦੇ ਤੇ ਉਹ ਆਰਮੀ ਚ ਸੇਵਾ ਕਰਦੇ ਉਹਨਾਂ ਨੇ ਬੋਲੇ ਕਿ ਮੈਂ ਕੁਝ ਸਮੇਂ ਪਹਿਲੇ ਗਿਆਨ ਚ ਗਿਆ ਥਾ ਲੇਕਿਨ ਇਸ ਸਮੇਂ ਅੱਜਕਲ ਜਿਹੜੀ ਦੁਨੀਆ ਚ ਦੁੱਖ ਹੈ ਦਰਦ ਹੈ ਚਿੰਤਾ ਤਣਾਅ ਆਦਿ ਦਿਨ-ਪ੍ਰਤੀ ਦਿਨ ਵੱਧਦੇ ਜਾਂਦੇ ਇਹ ਨੈਗੇਟਿਵ ਵਾਈਬ੍ਰੇਸ਼ਨ ਅੱਜਕਲ ਹਵਾ ਚਬੀ ਹੈ ਮਤਲਬ ਹਵਾ ਚਬੀ ਆਂਦੇ ਤੇ ਆ ਸਾਡੇ ਆਸ-ਪਾਸ ਹਰ ਜਗ੍ਹਾ ਹਰ ਸਮੇਂ ਹੈ ਇਹ ਜਿਹੜਾ ਵਾਤਾਵਰਣ ਹੈ ਇਸ ਵਾਤਾਵਰਣ ਤੇ ਸਾਡਾ ਮਨ ਵੀ ਬਹੁਤ ਕਮਜ਼ੋਰ ਹੋ ਜਾਂਦਾ ਤੇ ਮੇਰਾ ਮਨ ਵੀ ਬਹੁਤ ਗਲਤ ਸੋਚਦਾ ਗਲਤ ਜ਼ਿਆਦਾ ਸੋਚਣੇ ਮਜਬੂਰ ਹੋ ਜਾਂਦਾ ਇਹ ਸਭ ਚੀਜ਼ਾਂ ਤੇ ਮੈਂ ਦੂਰ ਕਿੱਦਾਂ ਰਹਿਵਾਂ ਇੱਕ ਤੇ ਆ ਜਿੱਥੇ ਤੁਸੀਂ ਰਹਿੰਦੇ ਹੋ ਉਸ ਜਗ੍ਹਾ ਤੇ ਥੋੜਾ ਜਿਆ ਆਪਣਾ ਟਾਈਮ ਹਰਿਆਲੀ 'ਚ ਆਪਣੇ ਘਰ ਦੇ ਆਸ-ਪਾਸ ਬਗੀਚਾ ਬਣਾਓ ਇੱਕ ਜਿਹਦੇ ਜਸ ਸੁੰਦਰ-ਸੁੰਦਰ ਅ ਗੁਲਾਬ ਦੇ ਫੁੱਲ ਚਮੇਲੀ ਦੇ ਫੁੱਲ ਰਾਤ ਦੀ ਰਾਣੀ ਇਹੋ ਜਿਹੇ ਬੜੇ ਸੁੰਦਰ ਤੁਸੀਂ ਅਗਰ ਗੁਲਾਬ ਦੇ ਫੁੱਲ ਔਰ ਇਹ ਦੂਸਰੇ ਫੁੱਲ ਜਿਹੜੇ ਇਹਨਾਂ ਦੀ ਕਿਆਰੀਆਂ ਬਣਾ ਕਰਕੇ ਰੱਖਣਗੇ ਉਹ ਔਰ ਉਹ ਫੁੱਲ ਤੁਹਾਨੂੰ ਬਹੁਤ ਅੱਛੀ ਵਾਈਬ੍ਰੇਸ਼ਨ ਦੇਣਗੇ ਔਰ ਰਿਸ਼ਤੇ ਨਾਲ ਨਾਲ ਥੋੜੀ ਜੀ ਮੈਂ ਆਪਣੇ ਐਕਸਪੀਰੀਅੰਸ ਤੋਂ ਕਹਿ ਰਹੀ ਆਂ ਥੋੜੀ ਜੀ ਇੱਕ ਹੌਬੀ ਰੱਖੋ ਕਿ ਜਿਹੜੇ ਜੀਵ ਜੰਤੂ ਹੈਗੇ ਆ ਜਿਸ ਤਰ੍ਹਾਂ ਚਿੜੀਆ ਹੈਗੀ ਹੈ ਗੈਲਰੀ ਹੈਗੀ ਹੈ ਇਹਨਾਂ ਵਾਸਤੇ ਤੁਸੀਂ ਥੋੜਾ ਦਾਣਾ ਥੋੜਾ ਪਾਣੀ ਹਾਂ ਕਦੀ ਮਿਠਾਈ ਵੀ ਖਿਲਾ ਦੇਓ ਉਹਨਾਂ ਨੂੰ ਉਹਦਾ ਇੰਤਜ਼ਾਮ ਕਰੋ ਤੁਸੀਂ ਔਰ ਫਿਰ ਇਸਤੇ ਨਾਲ ਉਸ ਬਗੀਚੇ ਦੇ ਇੱਕ ਇੱਕ ਪਾਸੇ ਬੈਠ ਕਰਕੇ ਕੁਰਸੀ ਤੇ ਬੈਠ ਜਾਓ ਔਰ ਬੜੇ ਸ਼ਾਂਤੀ ਚ ਸ਼ੇਵਾ ਦਾ ਦੇ ਨਾਲ ਮਨ ਲਗਾ ਕਰਕੇ ਤੁਸੀਂ ਆਪਣੇ ਆਪ ਚ ਸ਼ਕਤੀ ਬਰੋ ਆਤਮਾ ਜਦੋਂ ਸ਼ਕਤੀਸ਼ਾਲੀ ਹੁੰਦੀ ਹੈ ਤੇ ਫਿਰ ਸਰੀਰ ਨੂੰ ਵੀ ਮਦਦ ਮਿਲਦੀ ਹੈ ਵਿਚਾਰਾਂ ਨੂੰ ਵੀ ਮਦਦ ਮਿਲਦੀ ਹੈ ਵਿਹਾਰ ਚ ਵੀ ਬਦਲ ਮਿਲਦੀ ਹੈ ਔਰ ਹਰ ਇੱਕ ਦਿਨ ਨਾਲ ਬੜਾ ਹੀ ਹਰ ਇੱਕ ਦੇ ਪ੍ਰਤੀ ਸ਼ੁਭ ਭਾਵਨਾ ਰਹਿੰਦੀ ਹੈ ਇਹ ਛੋਟੀ ਛੋਟੀ ਗੱਲਾਂ ਹੈਗੀਆਂ ਲੇਕਿਨ ਇਹਦਾ ਧਿਆਨ ਰੱਖਣ ਨਾਲ ਔਰ ਦੂਸਰਾ ਸਭ ਤੋਂ ਵੱਡੀ ਗੱਲ ਹੈ ਤੁਸੀਂ ਗਿਆਨ ਲਿਆ ਔਰ ਥੋੜਾ ਮੈਂ ਸਮਝਦਾ ਹਾਂ ਮੈਡੀਟੇਸ਼ਨ ਵੀ ਸਿੱਖੀ ਹੋਏਗੀ ਮੁਰਲੀ ਵੀ ਸੁਣੀ ਹੋਏਗੀ ਤੇ ਉਹ ਤੁਸੀਂ ਛੱਡੋ ਨਹੀਂ ਦੁਨੀਆਂ ਦੇ ਹਾਲਾਤ ਵਿਗੜਨੇ ਆ ਹੋਰ ਵਿਗੜਨੇ ਆ ਉਹਤੇ ਅਖਬਾਰਾਂ 'ਚ ਬੜਾ ਕੁਝ ਆਉਂਦਾ ਰਹਿੰਦਾ ਹੀ ਟੀਵੀ 'ਤੇ ਵੀ ਆਉਂਦਾ ਰਹਿੰਦਾ ਹੀ ਤੇ ਉਹ ਜ਼ਿਆਦਾ ਨਾ ਟੀਵੀ ਤੇ ਉੱਪਰ ਧਿਆਨ ਦਿਓ ਨਾ ਅਖਬਾਰਾਂ ਦੀ ਤਰਫ ਇਤਨਾ ਧਿਆਨ ਦਿਓ ਮੋਟਾ ਮੋਟਾ ਥੋੜਾ ਜਾਣ ਲਓ ਜੋ ਜਾਣਣਾ ਹੀ ਲੇਕਿਨ ਆਪਣੇ ਆਪ ਨੂੰ ਸਦਾ ਖੁਸ਼ ਰੱਖਣ ਵਾਸਤੇ ਸ਼ਿਵ ਬਾਬਾ ਦੇ ਨਾਲ ਮਨ ਲਗਾਓ ਕਿਉਂਕਿ ਸ਼ਾਂਤੀ ਦਾ ਸਾਗਰ ਆਨੰਦ ਦਾ ਸਾਗਰ ਉਸ ਪਰਮ ਪਿਤਾ ਪਰਮਾਤਮਾ ਹੈ ਤੇ ਉਹਨਾਂ ਨਾਲ ਮਨ ਲਗਾਉਣਗੇ ਉਹ ਮੈਡੀਟੇਸ਼ਨ ਕਰਨਗੇ ਉਹ ਤੇ ਤੁਹਾਨੂੰ ਸੰਗ ਦਾ ਰੰਗ ਲੱਗੇਗਾ ਉਹਾਂ ਦੀ ਸ਼ਕਤੀ ਮਿਲੇਗੀ ਤੁਹਾਡਾ ਮਨ ਬੜਾ ਖੁਸ਼ ਹੋ ਜਾਏਗਾ ਬੜੇ ਰਿਲੈਕਸਡ ਹੋਣਗੇ ਔਰ ਫਿਰ ਉਸ ਤੋਂ ਬਾਅਦ ਸ਼ਬਾਵਾ ਜੋ ਇਤਨੇ ਅਨਮੋਲ ਮਹਾਵਾਕਿ ਸੁਣਾਉਂਦੇ ਨੇ ਅੱਜ ਵੀ ਅਸੀਂ ਮੁਰਲੀ ਚ ਪੜਿਆ ਕਿਤਨਾ ਇਤਨਾ ਉੱਚਾ ਗਿਆਨ ਦੇ ਰਿਹਾ ਹੈ ਕਿ ਇੱਕ ਇੱਕ ਗਿਆਨ ਦੀ ਜਿਹੜੀ ਗੱਲ ਹੈ ਲੱਖਾਂ ਰੁਪਏ ਦੀ ਹੈ ਇਹ ਉਹ ਜੀਆਂ ਚੀਜ਼ਾਂ ਜਿਹੜੀਆਂ ਕਿ ਜਿਹੜੇ ਤੁਹਾਡੇ ਜੀਵਨ ਨੂੰ ਇਤਨਾ ਉੱਚਾ ਬਣਾ ਦੇਣ ਤੁਹਾਡੇ ਚਰਿੱਤਰ ਨੂੰ ਇਤਨਾ ਉੱਚਾ ਬਣਾ ਦੇਣ ਤੁਹਾਡੀ ਸੋਚ ਨੂੰ ਇੱਕਦਮ ਬੇਹਦ ਚ ਲੈ ਜਾ ਉਹ ਮੁਰਲੀ ਤੋਂ ਤੁਹਾਨੂੰ ਬਹੁਤ ਲਾਭ ਮਿਲੇਗਾ ਤੇ ਇਹ ਦੋ ਗੱਲਾਂ ਐਡ ਕਰ ਲੋ ਆਪਣੇ ਜੀਵਨ ਚ ਸਦਾ ਸੁਖੀ ਰਹਿਣਗੇ ਉਹ ਬਾਕੀ ਦੁਨੀਆ ਦੀ ਹਾਲਤ ਜੋ ਵੀ ਹੈ ਅਸੀਂ ਜਾਣਦੇ ਆ ਉਹਦੇ ਵਾਸਤੇ ਵੀ ਅਸੀਂ ਸ਼ੁਭ ਭਾਵਨਾ ਦੇ ਆਪਣੇ ਪਰਕੰਪਨ ਜਿਹੜੇ ਆ ਉਹ ਬਾਬਾ ਦੀ ਯਾਦ ਚ ਸ਼ਬਾਬਾ ਦੀ ਯਾਦ ਚ ਸਾਰੇ ਵਿਸ਼ਵ ਨੂੰ ਦਿੰਨੇ ਆ ਤਾਂ ਕਿ ਇਹ ਜਿਹੜਾ ਦੂਸ਼ਿਤ ਵਾਤਾਵਰਨ ਉਹ ਸੁਧਰ ਜਾਏ ਉਹਦੇ ਵਾਸਤੇ ਵੀ ਅਸੀਂ ਆਪਣਾ ਯੋਗਦਾਨ ਦਿੰਨੇ ਆ ਤੇ ਉਹ ਬੋਲਦੀ ਕਿ ਕ્યા ਮੈਂ ਬਿੰਦੂ ਸਮਝ ਕੇ ਜਦ ਯੋਗ ਕਰਦਾ ਬਿੰਦੂ ਸਮਝ ਕੇ ਮੇਰਾ ਯੋਗ ਨਹੀਂ ਲੱਗਦਾ ਅਸੀਂ ਕਿਦਾਂ ਮਤਲਬ ਕਿਆ ਸੰਬੰਧ ਜੋੜ ਕੇ ਗਿਆਤ ਕਰੀਏ ਰਾਤ ਨੂੰ ਤਾਰੇ ਦੇਖਦੇ ਹੋ ਨਾ ਜੀ ਤਾਰੇ ਤੇ ਬਿੰਦੂ ਦੀ ਤਰ੍ਹਾਂ ਹੀ ਦਿਖਦੇ ਆ ਜੀ ਅਗਰ ਉਹ ਤੁਹਾਨੂੰ ਨਹੀਂ ਸਹਿਜ ਲੱਗਦਾ ਤਾਂ ਕੋਈ ਗੱਲ ਨਹੀਂ ਸ਼ਾਸਤਰਾंचं अंगुष्ठाकार ਵੀ ਕਹਿੰਦੇ ਆ ਜੀ ਜਦੋਂ ਤੁਸੀਂ ਕੋਈ ਦੀਪਕ ਜਗਾਉਣਗੇ ਉਹ ਕੋਈ ਵੀ ਆ ਤਾਂ ਉਹਦਾ ਕੀ ਸਰੂਪ ਬਣਦਾ ਹੈ ਇਸੇ 바ਵਾ ਦਾ ਸਰੂਪ ਕਿਸ ਤਰ੍ਹਾਂ ਦਿਖਾਉਂਦੇ ਆ ਜੇਦੀ ਪੂਜਾ ਹੁੰਦੀ ਆ ਅੰਗੁਸ਼ਟਾਕਾਰ ਹੁੰਦਾ ਹੀ ਹੂੰ ਤੇ ਉਹ ਤੁਸੀਂ ਉਸ ਹਾਵ ਨਾਲ ਵੀ ਦੇਖ ਸਕਦੇ ਹੋ ਕਿ ਲਾਈਟ ਸਰੂਪ ਹੈ ਤੇ ਲਾਈਟ ਸਰੂਪ ਚ ਵੀ ਉਹਦਾ ਸੈਂਟਰ ਪੁਆਇੰਟ ਬਿੰਦੂ ਹੀ ਹੁੰਦਾ ਹੀ ਹੂੰ ਤੇ ਇਸ ਕਰਕੇ ਤੁਹਾਨੂੰ ਜੋ ਸਹਿਜ ਲੱਗੇ ਅਗਰ ਤੁਸੀਂ ਉਹਦੇ ਚ ਵੀ ਮੁਸ਼ਕਿਲ ਸਮਝਿਓ ਤੇ ਫਿਰ ਅਵੇਕਤ ਬਾਪ ਦਾਦਾ ਯਾ ਸ਼ਿਵ ਬਾਵਾ ਬ੍ਰਹਮਾ ਬਾਵਾ ਦੇ ਦੁਆਰਾ ਸਾਨੂੰ ਗਿਆਨ ਦਿੰਦੇ ਨੇ ਤੇ ਤੁਸੀਂ ਬ੍ਰਹਮਾ ਬਾਵਾ ਦਾ ਇੱਕ ਚਿੱਤਰ ਆਪਣੇ ਕੋਲ ਰੱਖੋ ਔਰ ਉਹਦੇ ਨਾਲ ਸ਼ਿਵਾ ਬਾਵਾ ਵੀ ਉੱਪਰ ਰਹੇਗਾ ਤਾਂ ਉਹਨਾਂ ਦੀ ਤਰਫ ਦੇਖ ਕਰਕੇ ਤੁਸੀਂ ਮੋਜ ਨਾਲ ਆਰਾਮ ਨਾਲ ਬੈਠ ਕਰਕੇ ਯਾਦ ਚ ਬੈਠ ਜਾਓ ਤੇ ਤੁਹਾਨੂੰ ਬਹੁਤ ਅੱਛਾ ਅਨੁਭਵ ਹੋਏਗਾ ਜਿਆਦਾ ਜਿਆਦਾ ਨਾ ਸੋਚੋ ਬਿੰਦੂ ਔਰ ਬਿੰਦੂ ਬਿੰਦੂ ਕਰਦੇ ਬਿੰਦੂ ਹੀ ਬਣ ਜਾਂਦੇ ਆ ਫਿਰ ਲੇਕਿਨ ਬਿੰਦੂ ਤੋਂ ਤੁਸੀਂ ਸਿੰਧੂ ਬਣ ਜਾਓ ਬੇਹਦ ਚ ਚਲੇ ਜਾਓ ਕਿਉਂਕਿ ਤੁਸੀਂ ਗਿਆਨ ਸੂਰਯ ਬਣ ਕਰਕੇ ਸਾਰੇ ਵਿਸ਼ਵ ਨੂੰ ਆਪਣੀ ਸ਼ਕਤੀ ਦੇਣੀ ਹੈ ਇਹ ਜ਼ਰਾ ਧਿਆਨ ਰੱਖਣਾ ਹੀ ਤੇ ਬਾਬਾ ਨੂੰ ਵੀ ਕਿਹਾ ਕਿਹਾ ਜਾਂਦਾ ਹੀ ਗਿਆਨ ਦਾ ਸਾਗਰ ਹੈ ਗਿਆਨ ਸਰੂਪ ਹੈ ਗਿਆਨ ਜੋ ਗਿਆਨ ਸੂर्य ਹੈ ਤੇ 바ਵਾ ਦੇ ਨਾਲ ਮਨ ਲਗਾਉਣਗੇ ਉਸੇ 바ਵਾ ਦੇ ਨਾਲ ਤੇ ਤੁਸੀਂ ਆਤਮਾ ਵੀ 바ਵਾ ਦੇ ਸਮਾਨ ਬਣ ਜਾਣਗੇ ਤੇ ਤੁਸੀਂ ਗਿਆਨ ਸੂਰੇ ਬਣ ਕਰਕੇ ਆਪਣੇ ਆਪ ਨੂੰ ਯਾਦ ਕਰੋ ਸ਼ੇ 바ਵਾ ਨੂੰ ਵੀ ਗਿਆਨ ਸੂर्य ਚ ਆਪਣੇ ਮਨ ਚ ਲਿਆਓ ਤੇ ਦੇਖੋ ਤੁਹਾਡਾ ਕੀ ਸਰੂਪ ਬਦਲ ਜਾਂਦਾ ਹੈ ਇਕਦਾਂ ਸਹਿਜ ਲੱਗੇਗਾ ਜੀ ਭਾਜੀ हो सकता कि इस वेला तो प्रोग्राम आर्मी वाले कोई पाई लोग देखते दे होने जिन्होंने ज्ञान नहीं है उन्होंने वास्ते आर्मी वास्ते नेवी वास्ते या कुछ ऐसे जोड़े बच्चे जो बाहर रह के परिवार दे अलग हो के देश वास्ते लड़ाई कर दे उन्होंने वास्ते तुसी क्या मैसेज देंगे क्यों दे सकते क्योंकि तुसी भी आर्मी चेहरा दे वास्ते देखो अभी ब्रह्मा बाबा ਦੇਖਿਆ ਸੀ ਕਿ ਉਹ ਜਦੋਂ ਨੇਵੀ ਦੇ ਆਰਮੀ ਦੇ ਜੋ ਵੀ ਆ ਆਰਮਡ ਫੋਰਸਿਸ ਚ ਸੇਵਾ ਕਰਦੇ ਸੀ ਉਹਨਾਂ ਨੂੰ ਮਿਲਦੇ ਸੀ ਤੇ 바ਵਾ ਹਮੇਸ਼ਾ ਕਹਿੰਦੇ ਸੀ ਕਿ ਤੁਸੀਂ ਦੇਸ਼ ਦੀ ਬਹੁਤ ਬੜੀ ਸੇਵਾ ਕਰ ਰਹੇ ਹੋ ਦੇਸ਼ ਦੀ ਹਿਫਾਜ਼ਤ ਕਰਨ ਵਾਸਤੇ ਆਪਣਾ ਜੀ ਜਾਨ ਲਗਾ ਦਿੰਦੇ ਹੋ ਤੇ ਅਗਰ ਤੁਸੀਂ ਇਹ ਸਭ ਕਰਦਿਆਂ ਹੋਇਆ ਆਪਣੇ ਆਪ ਨੂੰ ਆਤਮਾ ਨਿਸ਼ਚੇ ਕਰਕੇ ਔਰ ਪਰਮ ਪਿਤਾ ਪਰਮਾਤਮਾ ਸ਼ਿਵ ਦੇ ਨਾਲ ਮਨ ਲਗਾਉਣਗੇ ਉਹ ਤੇ ਤੁਹਾਨੂੰ ਬੜੀ ਸ਼ਕਤੀ ਵੀ ਮਿਲੇਗੀ ਔਰ ਤੁਸੀਂ ਬਾਈ ਚਾਂਸ ਯੁੱਧ ਹੋ ਜਾਂਦੀ ਏ ਔਰ ਯੁੱਧ ਚ ਤੁਸੀਂ ਸ਼ਹੀਦ ਹੋ ਜਾਂਦੇ ਹੋ ਤੇ ਤੁਹਾਡਾ ਜੇ ਮਨਸ਼ੇ 바ਵਾ ਨਾਲ ਲੱਗਿਆ ਹੀ ਤੇ ਤੁਸੀਂ ਅਵਸ਼ਯ 바ਵਾ ਦੇ ਸਤਿਯੁਗੀ ਦੁਨੀਆ ਦੇ ਵਾਰਿਸ ਬਨ ਜਾਣਗੇ ਹੋ ਸੁਰਗ ਲੋਕ ਚ ਜ਼ਰੂਰ ਆਉਣਗੇ ਹੋ ਫਿਰ ਐਵੇਂ ਨਹੀਂ ਕਹਿੰਦੇ ਕਿ ਭਈ ਉਹ ਸੁਰਗ ਲੋਕ ਪਹੁੰਚ ਗਿਆ ਲੇਕਿਨ ਅਗਰ ਪਰਮਾਤਮਾ ਦੇ ਨਾਲ ਤੁਹਾਡਾ ਪਿਆਰ ਹੈ ਔਰ ਪਿਆਰ ਨਾਲ ਤੁਸੀਂ ਉਹਨਾਂ ਨੂੰ ਬੜੇ ਜਿਗਰੀ ਪਿਆਰ ਨਾਲ ਯਾਦ ਕਰਦੇ ਹੋ ਤੇ ਤੁਹਾਡੀ ਸਹਫਾਜ਼ਤ ਵੀ ਉਹ ਕਰੇਗਾ ਔਰ ਉਸ ਤੇ ਸਾਥ-ਸਾਥ ਤੁਸੀਂ ਦੇਸ਼ ਦੀ ਸੇਵਾ ਕਰਦੇ ਕਰਦੇ ਫਿਰ ਵਿਸ਼ਵ ਦੇ ਰਾਜਕੁਮਾਰ ਬਣ ਜਾਣਗੇ ਉਹ ਰਾਜਕੁਮਾਰ ਬਣਨਾ ਬੜੀ ਅੱਛੀ ਗੱਲ ਹੈ ਤੇ ਇਹ ਵੀ ਨਾਲ-ਨਾਲ ਸਹਿਜ ਹੋ ਜਾਂਦਾ ਹੈ ਇਸ ਇਸ ਤਰ੍ਹਾਂ ਆਪਣੇ ਆਪ ਨੂੰ ਬੜੇ ਮੰਗ ਉਤਸ਼ਾਹ ਚ ਰੱਖ ਕਰਕੇ اپنی સેવા ਕਰਨੀ ਹੈ ਜੀ 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 ਪਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਦੇਸ਼ ਦੇ ਰਖਵਾਲੇ ਨੂੰ ਇਹ ਮੈਸੇਜ ਦਿੱਤਾ ਤੇ ਅਗਲੇ ਪ੍ਰੋਗਰਾਮ ਚ ਫਿਰ ਤੁਹਾਡੇ ਤੁਹਾਡੇ ਵਰਗੇ ਕੁਝ ਪ੍ਰਸ਼ਨ ਲੈ ਕੇ ਆਉਂਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੇ ਪ੍ਰਸ਼ਨਾਂ ਦਾ ਉੱਤਰ ਦਿਓਗੇ ਤੁਹਾਨੂੰ ਪਤਾ ਹੀ ਜਾਂ ਨਹੀਂ ਪਤਾ ਹੀ ਕਿ ਬ੍ਰਹਮਾ ਪ੍ਰਜਾਪਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲੇ ਦੀ ਜਿਹੜੀ ਸੇਵਾ ਵਾਸਤੇ ਅਲੱਗ-ਅਲੱਗ ਕਈ ਸਾਰੀ ਵਿੰਗਸ ਹੈਗੀਆਂ ਉਹਨਾਂ ਦੇ ਵਿੱਚ ਆਰਮਡ ਫੋਰਸਿਸ ਦੇ ਵਾਸਤੇ ਸਿਕਿਉਰਿਟੀ ਸਰਵਿਸ ਵਿੰਗ ਵੀ ਬਣੀ ਹੋਈ ਹੈ ਔਰ ਸਿਕਿਉਰਿਟੀ ਸਰਵਿਸ ਵਿੰਗ ਚ ਬਹੁਤ ਅੱਛੇ-ਅੱਛੇ ਬੜੇ-ਬੜੀ ਰੈਂਕ ਵਾਲੇ ਵੀ ਆਫੀਸਰਸ ਹੈਗੇ ਨੇ ਜਾਂ ਦੂਸਰੇ ਆਪਣੇ ਰੈਂਕਸ ਦੇ ਵੀ ਭਾਈ ਭਾਗੇ ਨੇ ਭੈਣਾ ਵੀ ਹੈਗੀਆਂ ਹੀ ਕੋਸ਼ਿਸ਼ ਕਰਦੇ ਨੇ ਆਰਮਡ ਫੋਰਸਸ ਚ ਅਲੱਗ ਅਲੱਗ ਜਗਾ ਮੈਡੀਟੇਸ਼ਨ ਵਗੈਰਾ ਦੇ ਪ੍ਰੋਗਰਾਮ ਕਰਾ ਕਰਕੇ ਤੇ ਸਭ ਨੂੰ ਲਾਭ ਮਿਲਦਾ ਰਹੇ ਉਹਦੇ ਵਾਸਤੇ ਬੜਾ ਧਿਆਨ ਕਰਦੇ ਨੇ ਇਤਨੇ ਤੱਕ ਕਿ ਸਾਰੇ ਹਿੰਦੁਸਤਾਨ ਚ ਜੋ ਵੀ ਸਾਡੇ ਭਾਈ ਹੈਗੇ ਨੇ ਹੁਣ ਪੈਣਾ ਵੀ ਹੈ ਗਿਆਈ ਜਿਹੜੇ ਆਰਮਡ ਫੋਰਸਿਸ ਚ ਕੰਮ ਕਰਦੇ ਨੇ ਉਹਨਾਂ ਦੀ ਸੇਵਾ ਵਾਸਤੇ ਜੋ ਨਿਮਿਤ ਹੈ ਗਿਆ ਜਿਸ ਤਰ੍ਹਾਂ ਹਰ ਇੱਕ ਸਾਈਡ ਵਾਸਤੇ ਉਹਨਾਂ ਦੀ ਕਮਾਂਡ ਹੁੰਦੀ ਹੈ ਕਮਾਂਡ ਦੇ ਜਿਹੜੇ ਕਮਾਂਡਰ ਹੁੰਦੇ ਆ ਉਹਨਾਂ ਦੇ ਨਾਲ ਗੱਲ ਉਹ ਕੋਰਸਪੋਂਡੈਂਸ ਕਰਕੇ ਪ੍ਰੋਗਰਾਮ ਵੀ ਬਣਾਉਂਦੇ ਨੇ ਔਰ ਜਾ ਕਰਕੇ ਫਿਰ ਬਹੁਤ ਅੱਛੇ-ਅੱਛੇ ਪ੍ਰੋਗਰਾਮ ਪ੍ਰੇਜ਼ੈਂਟ ਕਰਦੇ ਨੇ ਸੈਲਫ ਮੈਨੇਜਮੈਂਟ ਦਾ ਪ੍ਰੋਗਰਾਮ ਜਾਂ ਸਹਿਜ ਰਾਜ ਯੋਗ ਮੈਡੀਟੇਸ਼ਨ ਦਾ ਪ੍ਰੋਗਰਾਮ ਜਾਂ ਪੋਜ਼ਿਟਿਵ ਥਿੰਕਿੰਗ ਦਾ ਪ੍ਰੋਗਰਾਮ ਕਈ ਗੱਲਾਂ ਹੈਗੀਆਂ ਅਲੱਗ-ਅਲੱਗ ਕੋਰਸਿਸ ਹੈਗੇ ਆ ਤੇ ਦੇਖਿਆ ਗਿਆ ਇਹ ਕਿ ਉਹਦੇ ਫਲ ਸ্বরূপ ਬਹੁਤ ਭਾਈ ਬੈਣਾ ਨੂੰ ਲਾਭ ਮਿਲਦਾ ਹੈ ਖਾਸ ਜਿਹੜੇ ਸਾਡੇ ਭਾਈ ਬਾਰਡਰ ਤੇ ਹੁੰਦੇ ਨੇ ਜਾਂ ਹੋਰ ਕਿਸੇ ਸੇਵਾ ਚ ਹੁੰਦੇ ਨੇ ਹੁਣ ਅੱਜ ਕੱਲ ਜਿਸ ਤਰ੍ਹਾਂ ਇਹ ਬਰਸਾਤ ਦੇ ਦਿਨਾਂ ਤੇ ਬਰਸਾਤ ਦੇ ਦਿਨਾਂ 'ਚ ਜਦੋਂ ਕਿਤੇ ਜ਼ਿਆਦਾ ਪਾਣੀ ਆ ਜਾਂਦਾ ਏ ਬਾੜ ਹੁੰਦੀ ਏ ਤੇ ਉੱਥੇ ਤੁਸੀਂ ਦੇਖਣਗੇ ਉਹ ਆਰਮਡ ਫੋਰਸਸ ਦੇ ਵਿਸ਼ੇਸ਼ ਭਾਈ ਜਾ ਕਰਕੇ ਔਰ ਸਭ ਨੂੰ ਮਦਦ ਕਰਦੇ ਨੇ ਤਾਂ ਇਹ ਇੱਕ ਪ੍ਰਕਾਰ ਚ ਬੜਾ ਮੈਂ ਤਾਂ ਕਹਿਣਾ ਹੀ ਕਿ ਜੋ ਆਰਮਡ ਫੋਰਸਸ ਚ ਪਾਈ ਹੈਗੇ ਆ ਜਾਂ ਪੈਣਾ ਹੈਗੀਆਂ ਬੜੇ ਖੁਸ਼ਕਿਸਮਤ ਹੈਗੇ ਆ ਕਿ ਉਹ ਦੇਸ਼ ਦੀ ਵੀ ਸੇਵਾ ਕਰ ਰਹੇ ਹੈ ਮਾਨਵਤਾ ਵੀ ਮਾਨਵਤਾ ਵੀ ਦੀ ਮਾਨਵ ਮਾਨਵਤਾ ਦੀ ਵੀ ਸੇਵਾ ਕਰ ਰਹੇ ਹੈ ਔਰ ਆਪਣੇ ਪਰਿਵਾਰ ਦੀ ਵੀ ਸੇਵਾ ਕਰ ਰਹੇ ਹੈ ਹਰ ਪ੍ਰਕਾਰ ਨਾਲ ਜੋ ਇਸ ਇਤਨੀ ਸੇਵਾ ਕਰਦੇ ਉਹ ਕੌਣ ਹੋਣਗੇ ਫਰਿਸ਼ਤੇ ਹੋਣਗੇ ਤੇ ਤੁਸੀਂ ਫਰਿਸ਼ਤੇ ਬਣ ਕਰਕੇ ਇਤਨੀ ਸੇਵਾ ਕਰਦੇ ਹੋ ਤੁਹਾਨੂੰ ਬੜੋ ਆ ਬੜਾ ਈਸ਼ਵਰੀ ਯਾਦ ਦੇ ਨਾਲ ਬਹੁਤ ਬਹੁਤ ਧੰਨਵਾਦ ਆਬਸ਼ਾਨ